ਅਸੀਂ ਤੇ ਹਮ ਵੀ ਬੁੱਢੇ ਹੋ ਗਏ, ਸਹੀ ਬਾਤ ਕੰਮ ਤੋਂ ਹੈ। ਰੁਕਾ ਨਹੀਂ, ਮਗਰ ਹਮਰੀ ਜ਼ਿੰਦਗੀ ਗਸ ਗਈ ਕੰਮ ਕਰਦੇ ਕਰਦੇ। ਵੀਡੀਓ ਬਣਾ ਕੇ ਪਾਉਣ ਦਾ ਆਹ ਚੱਕਰ ਤੋੜਦੀ ਆ, ਇਹ ਕਰਦੀ ਆ, ਇਹ ਸਾਰੀ ਸਰ ਪਤਾ ਕੀ ਗੱਲ ਆ, ਮੈਂ ਉਸਕੇ ਪਾਸ ਗਿਆ ਹੋਤਾ ਚਾਬੀ ਪਾਣਾ ਹੋਤਾ ਹੈ, ਫੈਕਟਰੀ ਮੇਂ ਤੋ ਸਭੀ ਕੁਛ ਹੋਤਾ ਹੈ, ਬਿਲਕੁਲ ਹੋਤਾ ਹੈ, ਉਸੀ ਉਸੀ ਕੇ ਹੱਲ ਕਰਨੇ ਕੇ ਲੀਏ ਸੋਚਤੇ ਰਹਤੇ ਹੈ, ਬਿਲਕੁਲ। ऊपर से चाबी फटता, नीचे दूसरे से ही खोलता था। अभी हमने यहाँ 45 की डालते थे, अभी 60 एमएम की कर दी हमने। आप सभी को नमस्कार, कार ड्रीम यूट्यूब चैनल पर आपका स्वागत है। तो आज हम पहुंचे हुए हैं हरदेव इंडस्ट्री में, तो जिसका हरदेव 950 करके मॉडल है। किसानों का काफी सवाल आ रहे थे कि इस मशीन पर रिव्यू लेके आओ, क्योंकि एक बार पहले वीडियो डाली थी हमने सर के साथ, तो काफी बढ़िया प्यार मिला था आप सभी का। तो उसके चलते जो नए बदलाव हुए हैं, इस चीज पर काफी डिमांडिंग थी, तो इसके चलते ये नई वीडियो लेके आए हैं। तो ज्यादा शेयर कर देना। हमारे साथ सर जुड़ चुके हैं, नमस्कार सर। नमस्कार जी, वाहेगुरु जी का खालसा, वाहेगुरु जी की फतेह। जी सर, तो अपना आज कौन सा मॉडल है सर किसानों के लिए? सर मॉडल जिहड़ा अज पेंट होके बाहर निकलिया, एक होर जिहड़ा तैयार है लेटेस्ट मॉडल, ओहदे विच आपां ने जिहड़ी चेंजिंग करी आ। हाँ जी, पहला तो चैंबर तो मैं तुहानूं दसदा। हाँ जी, चैंबर दे विच आपां ने हुण 4 चैनां कर दियां। अच्छा, ਇਹ ਮਤਲਬ ਕਿ ਓਲਡਾ, ਮਤਲਬ ਕਿ ਜਿਵੇਂ ਰਿਕੁਆਇਰਮੈਂਟ ਆ ਕਸਟਮਰ ਦੀ, ਇਹ 3 ਚੈਨਾਂ ਵਾਲਾ। ਆਪਾਂ ਨੇ ਹੁਣ ਲੇਟੈਸਟ ਮਾਡਲ ਜਿਹੜਾ 4 ਚੈਨਾਂ ਵਾਲਾ ਕਰਤਾ। ਅੱਛਾ, 4 ਚੈਨਾਂ ਵਾਲੇ ਦੇ ਵਿੱਚ ਕੀ ਆ, ਜਿਹੜਾ ਇਹ ਐਂਗਲ ਆ ਇਹ ਬੈਂਡ ਨਹੀਂ ਹੁੰਦਾ, ਇੱਕ ਟੁੱਟਦਾ ਨਹੀਂ ਹੈਗਾ। ਕਿਸਾਨ ਨੂੰ ਵੀ ਇਹਦੇ ਵਿੱਚ ਬੈਨੀਫਿਟ ਆ, ਮਤਲਬ ਕਿ ਟੁੱਟਣ ਭੱਜਣ ਤੋਂ, ਵੈਲਡਿੰਗ ਕਰਾਉਣ ਤੋਂ, ਤੇ ਉਹਦੇ ਚ ਮੱਕੇ ਦੇ ਵਿੱਚ ਬਹੁਤ ਕਾਮਯਾਬ ਆ ਉਹ। ਹਾਂ, ਇਹ ਮੁੜ ਜਾਤੇ ਬਾਅਦ ਨੀਚੇ ਫੀਡਰ ਕੋਈ ਨੀਚੇ ਵੀ ਇਹ ਫੀਡਰ ਕੋਈ ਨੁਕਸਾਨ ਕਰਦੀ ਆ ਤੇ ਅੱਗੇ ਵੀ। ਔਰ ਦੂਸਰੀ ਬਾਤ ਮੈਂ ਬਤਾ ਰਹਾ, ਜੇ ਚਾਦਰ ਹਮਨੇ ਅਭੀ ਤੋ ਪੇਂਟ ਹੋ ਗਿਆ ਇਸ ਪੇ, ਇਹ ਚਾਦਰ ਹਮਨੇ SS ਕੀ ਲਗਾ ਦੀ, ਸਟੀਲ ਕੀ। ਹਾਂ ਜੀ, 12 ਗੇਜ ਦੀ ਇਹ ਸਟੀਲ ਦੀ ਚਾਦਰ ਆ ਇਹ, 2.5 mm। ਜੀ ਜੀ, ਤੇ ਉਸਕੇ ਉੱਤੋਂ ਵੀ ਹਮਨੇ ਜੇ ਫੱਟੀ ਦੇ ਦੀ, ਅੱਛਾ, ਪੱਤੀ ਲਗਾ ਦੀ ਵੀ ਇਸਕੇ ਉਪਰੰਤ, ਚੈਨ ਕੀ ਆਪਣਾ ਚਾਦਰ ਕੀ ਗਸਾਈ ਕਮ ਹੋ। ਹਾਂ ਜੀ, ਅਭੀ ਤੋ ਪੇਂਟ ਹੋਣ ਕਰਨਾ ਨਾ ਆਪਕੋ, ਜੇ ਬਲੈਕ ਕਲਰ ਦਿਖ ਰਹਾ ਹੈ ਇਸਕਾ। ਹਾਂ ਹਾਂ ਹਾਂ, ਤੋ ਜੇ ਵਾਲੀ ਚਾਦਰ ਹਮਨੇ ਜੋ ਸਾਈਡ ਹੈ, ਹਾਂਜੀ, ਇਹ ਵੀ ਹਮਨੇ 3 mm ਕੀ ਕਰਦੀ, 3 mm ਕੀ ਕਰਦੀ ਹੈ। ਔਰ ਬੀਚ ਮੇ ਇਸਕੇ ਜੋ ਪਲੇਟ ਲਗੀ ਹੋਈ ਹੈ, ਯਹਾਂ ਤੱਕ ਲਗੀ ਹੋਈ ਹੈ ਪਲੇਟ, ਅੱਛਾ, ਵੋ ਪਲੇਟ ਲਗੀ ਹੋਈ ਹੈ ਇਸਕੇ 12 mm ਕੀ, ਅੱਛਾ, ਯਹਾਂ ਸੇ ਲੇਕੇ ਯਹਾਂ ਤੱਕ। ਹਾਂ, ਤੋ ਜੇ ਸ਼ਾਫਟ ਹਮਨੇ 8 ਨੰਬਰ ਕੀ ਕਰਤੀ, ਪਹਿਲੇ 207 ਨੰਬਰ ਕੀ ਦੀ। ਅੱਛਾ, ਆਪਣੇ ਫੈਂਡਰ ਸਪਟ। ਹਾਂ, ਅਭੀ 208 ਨੰਬਰ ਕੀ ਕਰਦੀ ਹੈ ਹਮਨੇ। ਜੀ ਜੀ, ਤੇ ਜੇ ਅਭੀ ਇਸ ਮੇ ਚੇਂਜ ਗਿਆ ਹੈ। ਹਾਂ, ਹੋਰ ਹੈਵੀ ਹੋ ਗਈ ਹੈ। ਹਾਂਜੀ ਹਾਂਜੀ, ਇੱਕ ਜੈਕ ਹੈਵੀ ਡਿਊਟੀ ਕਰਦੀ ਹੈ ਇਹਦੇ, 45 mm ਵਾਲੇ। ਹਾਂਜੀ, ਤੇ ਉਹ ਇੱਕ ਆਪਾਂ ਨੇ ਹੁਣ ਲੇਟੈਸਟ ਵਿੱਚ ਲੈਦਰੀ ਲਾਉਣ ਲੱਗੇ ਸਾਰੀਆਂ ਮਹੀਨਾ ਦੇ ਹੀ। ਅੱਛਾ, ਕੌਣ ਸੀ ਵਾਲੀ ਜੇ, ਕੌਣ ਸੀ ਚੀਜ਼ ਬਤਾਈ? ਇਹ ਲੈਦਰੀ, ਇਹ ਜਦ ਗੇਅਰ ਡਾਲਦੇ ਆ ਨਾ ਤਾਂ ਗੇਅਰ ਆਵਾਜ਼ ਨਹੀਂ ਕਰਦਾ ਹੈਗਾ। ਅੱਛਾ, ਤੋ ਸਾਊਂਡ ਫ੍ਰੀ ਗੇਅਰ ਹੋਊਗਾ। ਅੱਛਾ, ਜਦ ਤੁਸੀਂ ਗੇਅਰ ਪਾਓਗੇ ਤਾਂ ਕਲੱਚ ਦੱਬਦੇ ਆ ਨਾ ਤਾਂ ਕੜ ਕੜ ਕਰਨ ਲੱਗ ਜਾਂਦਾ, ਆਵਾਜ਼ ਕਰਦਾ, ਸਾਊਂਡ ਕਰਦਾ, ਤਾਂ ਇਸਕੀ ਆਵਾਜ਼ ਵੀ ਆਏਗੀ ਅਭੀ। ਅੱਛਾ, ਤੋ ਬਾਕੀ ਇਹ ਜੇ ਪੌੜੀ ਤੋਂ ਪਹਿਲੇ ਵੀ ਆਪਾਂ ਲਗਾਉਂਦੇ ਆ ਰਹੇ ਆ ਲੇਟੈਸਟ। ਹਾਂ ਹਾਂ, ਜੋ ਕੋਲ ਵਾਲੇ ਪਹਿਲੇ ਵੀ ਆਪਾਂ ਲਗਾ ਰਹੇ ਸੀ, ਤੇ ਇਹ ਰੈਵਰ ਵਾਲਾ ਹੋ ਗਿਆ। ਬਾਕੀ ਇੱਕ ਹੋਰ ਹੋ ਗਿਆ ਆਪਣਾ, ਜਿਵੇਂ ਚੇਂਜਰ ਬਦਲੇ ਆਪਾਂ ਨੇ। ਹਾਂਜੀ, ਇਹ ਚੇਂਜਰ ਚ ਪਹਿਲਾਂ 605 ਦੇ ਬੈਰਿੰਗ ਪਾਉਂਦੇ ਸੀਗੇ ਆਪਾਂ ਨੇ। ਅੱਛਾ, ਹੁਣ ਆਪਾਂ ਇਹਦੇ ਦੇ ਵਿੱਚ 606 ਦੇ ਕਰਤੇ 4 ਬੈਰਿੰਗ। ਅੱਛਾ, 6 ਕੀ ਕਰਦੀ ਇਸ ਵਿੱਚ ਵੀ? ਹਾਂ, 606 ਦੇ 2 ਬੈਰਿੰਗ ਮੋਰੇ ਨੇ, 2 ਉਧਰ, ਇਹਦੇ ਨਾਲ ਵਾਈਬ੍ਰੇਟ ਨਹੀਂ ਹੈਗੀ ਦੀ। ਅੱਛਾ, ਵਾਈਬ੍ਰੇਸ਼ਨ ਨਹੀਂ ਕਰਦਾ ਹੈਗਾ ਚੇਂਜਰ। ਹਾਂ ਹਾਂ, ਬਾਕੀ ਆ ਡੇਢ ਟਾਕੀਆਂ ਦੇ ਆਪਾਂ ਬੋਲਟ ਲਾਉਂਦੇ ਸੀਗੇ। ਹਾਂ ਹਾਂ,
ਬੋਲਟ ਪਹਿਲਾਂ ਚਾਬੀ ਨਾਲ ਖੋਲਣੇ ਪੈਂਦੇ ਸੀਗੇ, ਪਹਿਲੇ ਉੱਪਰ ਜਾਓ ਕੀ ਆ ਚਾਬੀ ਲੈ ਕੇ ਆਓ, ਹੁਣ ਕੀ ਆ ਜੇ ਕਿਸੇ ਨੂੰ ਕੋਈ ਮਤਲਬ ਕੋਈ ਦਿੱਕਤ ਆਈ ਤਾਂ ਆ ਚੀੜੀ ਖੋਲੋ ਕਰ ਦੋ, ਚਾਬੀ ਲਗਾਉਣੇ ਕੀ ਜ਼ਰੂਰਤ ਨਹੀਂ ਹੈ। ਸਹੀ ਬਾਤ। ਬਾਕੀ ਇਸਮੇ ਜੋ ਬਲੋਰ ਹੈ ਆਪਣਾ, ਹਾਂਜੀ ਵੋ 6 ਫਰੋਂ ਵਾਲਾ ਹੈ। ਅੱਛਾ 6 ਪੰਖ ਹੈ। ਆਮ 5 ਕਾ ਡਾਲਤੇ ਹੈ ਤੋ ਹਮ ਤੋ ਸ਼ੁਰੂ ਸੇ 6 ਵਾਲਾ ਹੀ ਡਾਲ ਰਹੇ ਹੈ, ਤੋ ਵਰਕ ਕੋਈ ਦਿੱਕਤ ਨਹੀਂ। ਬਾਕੀ ਜੇ ਵਾਲੀ ਦੇਖੋ, ਜੇ 1 ਪੀਸ ਕਰ ਦਿਆ ਹਮਨੇ, ਹਾਂ ਹਾਂ, ਇਹ ਅਸੈਂਬਲੀ ਸਾਰੀ 207 ਨੰਬਰ ਕੀ ਹੈ। ਅੱਛਾ। ਔਰ ਜੇ ਪਹਿਲੇ ਜਹਾਂ ਪੇ ਪੱਤੀ ਕੀ ਬਣਾਤੇ ਥੇ, ਹਾਂ ਹਾਂ, ਵੋ ਟੂਟ ਜਾਤੀ ਥੀ, ਟੂਟ ਜਾਤੀ ਥੀ, ਯੇ ਵੀ ਲੈਗ ਹਮਨੇ 1 ਪੀਸ ਮੇ ਹੀ ਕਰਦੀ, ਸਿੰਗਲ ਕਰਦੀ। ਹਾਂ ਜੀ, ਪੂਰਾ ਮਜ਼ਬੂਤ ਇਹ 12 ਐਮ ਐਮ ਦੇ ਵਿੱਚ, ਇਹ ਸਿੰਗਲ ਐਮ ਐਮ ਚ ਕਰਦੀ। ਜੀ ਜੀ। ਇੱਕ ਟਾਕੀ ਆਪਾਂ ਨੇ ਆ ਦੇਤੀ ਹੋਰ ਐਕਸਟਰਾ। ਅੱਛਾ ਜੀ। ਇਹ ਆਪਣੀ ਕਰੈਂਕ ਆ, ਹਾਂ ਹਾਂ, ਇਹ ਕਰੈਂਕ ਦੇ ਵਿੱਚ ਫੂਸ ਲਿਫਟ ਜਾਂਦਾ ਸੀਗਾ। ਹਾਂ, ਲਿਫਟਦਾ ਜੀ। ਉਹ ਫੂਸ ਲਿਫਟਣ ਵਾਸਤੇ ਫਿਰ ਪਿੱਛੋਂ ਆਉਣਾ ਪੈਂਦਾ ਸੀਗਾ, ਉਹਦੇ ਉੱਪਰ ਸਿਆਣਾ ਪੜਦਾ ਸੀ, ਸੀਪ ਕੇ ਉੱਪਰ ਕੀ ਤਰਫ ਦੇ। ਹਾਂ ਹਾਂ। ਤੋਂ ਵੀ ਹਮਨੇ ਇਹ ਟਾਕੀ ਦੋਨੋਂ ਤਰਫ ਦੇਤੀ। ਇਹ ਟਾਕੀ ਖੋਲੋ ਸਵੇਰ ਸ਼ਾਮ ਆਪਣਾ, ਤੋਂ ਜੋ ਕਰੈਂਕ ਕੇ ਸਾਥ ਮੇ ਬੂਸਾ ਫਸਾ ਹੁੰਦਾ ਹੈ ਉਹ ਤੋਂ ਉਸਕੋ ਸਾਫ ਕਰੋ, ਤੋਂ ਜੇ ਟਾਕੀ ਲਗਾ ਦੋ ਤੋ ਪਿੱਛੇ ਗੁਸਨੇ ਕੀ ਜ਼ਰੂਰਤ ਨਹੀਂ ਹੈ। ਜੀ ਜੀ ਜੀ। ਤੋ ਵੈਸੇ ਹੈਲਪਰ ਆਤਾ ਥਾ ਉਸਕੀ ਟਾਕ ਮੇ ਕਿ ਕਿਆ ਲੱਗ ਗਿਆ, ਕਿਵੇਂ ਕਿਆ ਲੱਗ ਗਿਆ, ਕੁਛ ਲੱਗ ਜਾਂਦਾ ਕੋਈ ਨਾ ਕੁਛ। ਬਾਕੀ ਸਾਰੇ ਵਾਇਰਿੰਗ 207 ਨੰਬਰ ਕੇ ਕਰਦੀ ਆਪਾਂ ਨੇ। ਅੱਛਾ, ਪੂਰੀ ਅਸੈਂਬਲੀ ਸਾਰੀ ਟੋਟਲ 207 ਨੰਬਰ ਦੀ ਹੈ। ਅੱਛਾ, ਇੱਕ ਵਾਇਰਿੰਗ ਸਾਈਜ਼ ਰੱਖ ਲੈਂਗੇ। ਇੱਕ ਵਾਇਰਿੰਗ ਸਰ, ਔਰ ਰਬੜ ਵੀ ਸਾਰੀ ਇੱਕ ਹੀ ਹੈ। ਅੱਛਾ, ਵੱਡੀ ਰਬੜ ਕਰਦੀ ਸਾਰੀ। ਅੱਛਾ, ਪਹਿਲੇ ਛੋਟੇ ਆਤੇ ਸੀ ਕਰਦੇ। ਹਾਂ, ਆ ਵੀ ਵੱਡੀ। ਔਰ ਇੱਕ ਵਾਰ ਉਹ ਬਤਾ ਰਹਾ ਹੂੰ ਆਪਕੋ ਮੈਂ, ਹਾਂਜੀ, ਜੋ ਨੀਚੇ ਵਾਲੀ ਕਿਸ਼ਤੀ ਹੈ ਆਪਣੀ, ਹਾਂ ਹਾਂ, ਇਸਮੇ ਜੇ ਬ੍ਰੈਕਟੀ ਕੀ ਰਬੜ ਖਰਾਬ ਹੋ ਗਈ, ਹਾਂ ਹਾਂ, ਤੋ ਰਬੜ ਖਰਾਬ ਹੋਣੇ ਕੇ ਉਪਰੰਤ ਇੱਥੋਂ ਆਪਾਂ ਨੂੰ ਝਾੜਨਾ ਕੱਢਣਾ ਪੈਂਦਾ ਸੀਗਾ, ਨਟ ਖੋਲਣੇ ਕੇ ਲਈ। ਤੋ ਇੱਕ ਲੜਕਾ ਕੀ ਕਰਦਾ ਥਾ, ਉੱਪਰ ਸੇ ਚਾਬੀ ਫੜਦਾ, ਨੀਚੇ ਦੂਸਰੇ ਸੇ ਖੋਲਦਾ ਥਾ। ਅਭੀ ਹਮਨੇ ਯਹਾਂ ਪੇ ਟਾਕੀ ਦੇ ਦੀ ਜੇ ਵਾਲੀ। ਹਾਂ ਜੀ, ਜੇ ਟਾਕੀ ਦੇ ਦੀ ਹਮਨੇ। ਜੀ ਜੀ। ਟਾਕੀ ਖੋਲੋ, ਹਾਂ, ਇੱਕ ਜਣਾ ਲੜਕਾ ਇਸਕਾ ਕੰਮ ਕਰੇਗਾ, ਉੱਪਰ ਲਗਾ ਲੇਗਾ, ਰੇਕ ਨੀਚੇ ਕਰੇਗਾ, ਔਰ ਰਬੜ ਪਾ ਕੇ 10 ਮਿੰਟ ਮੇ ਉਸਕੋ ਜੇ ਸੀਪ ਨਿਕਾਲਨੇ ਕੀ ਜ਼ਰੂਰਤ ਨਹੀਂ ਆਵੀ। ਬਿਲਕੁਲ ਬਿਲਕੁਲ। ਜੇ ਵੀ ਹਮਨੇ ਇੱਕ ਜੰਜਟ ਥਾ ਬਹੁਤ ਬੜਾ ਖੇਤ ਕੀ ਬ੍ਰੇਕ ਡਾਊਨ ਦੀ, ਉਹ ਕੰਮ ਕੀ ਆ ਮਨੇ। ਬਿਲਕੁਲ ਬਿਲਕੁਲ, ਸਮੇਂ ਕਮ ਲਗੇ ਬ੍ਰੇਕ ਡਾਊਨ ਆਣਾ, ਤੋ ਜੇ ਕਿਸੇ ਮਸ਼ੀਨ ਮੇ ਬ੍ਰੇਕ ਡਾਊਨ ਤੋ ਆਤੀ ਹੈ, ਮਤਲਬ ਕਿ ਹਰ ਇੱਕ ਮਸ਼ੀਨ ਮੇ ਆਤੀ ਹੈ, ਮਗਰ ਉਸਕਾ ਸੰਵਿਧਾਨ ਕਰਨਾ ਚਾਹੀਏ। ਹਾਂ ਹਾਂ, ਤਾਂ ਕਿ ਸਮੇਂ ਕਮ ਹੱਲ ਹੋਣਾ ਚਾਹੀਏ। ਜੇ ਵੀ ਸਭ ਤੋਂ ਵੱਡਾ ਹੱਲ ਹੋ ਗਿਆ ਹੈ। ਬਿਲਕੁਲ ਬਿਲਕੁਲ, ਨਹੀਂ ਦੋ ਨਟ ਇਹ ਖੁੱਲਨੇ ਪੜਤੇ ਸੀ, 1 ਘੰਟੇ ਦਾ ਕੰਮ 5 ਮਿੰਟ ਹੋ ਗਿਆ। ਹਾਂ, 5 ਮਿੰਟ ਮੇ ਕੰਮ ਹੋ ਗਿਆ। ਬਿਲਕੁਲ ਬਿਲਕੁਲ। ਔਰ ਜੇ ਹਮਨੇ ਆ ਲਗਾਈਆਂ ਮੋਰਨੀਆਂ ਕਹਿੰਦੇ ਆ, ਜਿਹੜੇ ਪਹਿਲਾਂ ਮਰਸਰੀ ਦੀ ਲਗਾਤੇ ਦੇ ਓਰੀਜਨਲ। ਹਾਂ ਹਾਂ, ਜੇ ਹਮਨੇ ਅਭੀ 22 ਐਮ ਐਮ ਮੋਟੀ ਜੇ ਲੈ ਕੇ ਲਗਾ ਦੀ। ਅੱਛਾ, ਔਰ ਸਪੈਂਡਲ ਵੀ ਹਮਨੇ ਮੋਟੇ ਵਾਲੇ 38 ਪਹਿਲੇ 35 ਐਮ ਐਮ ਕੇ ਡਾਲਤੇ ਦੇ, ਅਭੀ 38 ਐਮ ਐਮ ਕਰਦੇ ਹਮਨੇ, ਖੇਤੋਂ ਮੈਂ ਆਪਣੇ ਨਸਤੇ ਚਲੇ ਗਏ, ਕੋਈ ਦਿੱਕਤ ਨਹੀਂ ਐ ਬੈਵਰੇਜ ਦੀ। ਹਾਂ ਹਾਂ, ਬਾਕੀ ਉਹ ਸੈਂਟਰ ਪਿੰਨ ਜੇ ਵਾਲੀ, ਹਾਂਜੀ, ਜੇ 60 ਐਮ ਐਮ ਕੀ ਕਰਦੀ ਹਮਨੇ। ਅੱਛਾ, ਪਹਿਲੇ ਹਮ 45 ਕੀ ਡਾਲਤੇ ਦੇ, ਅਭੀ 60 ਐਮ ਐਮ ਕੀ ਕਰਦੀ ਹਮਨੇ, ਜੀ ਹੋਰ ਜ਼ਿਆਦਾ ਹੈਵੀ ਹੋ ਗਈ, ਹੈਵੀ ਹੋ ਗਈ। ਇਸਕੇ ਸਾਥ ਮੇ ਨਾ ਜੋ ਬੁਸ਼ ਲਗਤੇ ਤੇ ਗਨ ਮੈਟਲ ਕੇ, ਹਾਂਜੀ, ਉਹ ਬੁਸ਼ ਮਰ ਜਾਤੇ ਤੇ। ਹਾਂ ਹਾਂ, ਅਭੀ ਬੁਸ਼ ਨਹੀਂ ਮਰੇਂਗੇ। ਅੱਛਾ, ਬੁਸ਼ ਹਮਨੇ ਲਾਈ ਲਾਉਣ ਕੇ ਡਾਲਦੀ ਹੈ, ਔਰ 60 ਐਮ ਐਮ ਕੀ ਪਿੰਡਲ ਰਹੀ। ਜੀ ਜੀ। ਤੋ ਪਰਲੀ ਤਰਫ ਦਿਖਾਤਾ ਹੂੰ ਆਪਕੋ ਮੈਂ, ਦਿਖਾ ਦੇ ਜੀ ਇੱਕ ਵਾਰ। ਜੇ ਬੀਚ ਮੇ ਜੇ ਚਾਰਨੇ ਆਪਣੇ 62 ਇੰਚ ਹੈ, ਹਾਂਜੀ, 62, ਔਰ ਪੂਰੀ ਲੈਂਥ ਹੈਗੀ ਇਹਦੀ 83, 83 ਇੰਚ, ਠੀਕ ਹੈ ਸਰ। ਹਾਂਜੀ, 5 ਸਟਾਫ ਵਰਕਰ ਹੋ ਗਏ। ਹਾਂ ਹਾਂ, ਤੇ ਮੋਟੇ ਹੈਵੀ ਡਿਊਟੀ ਕਰੈਂਕ ਆ 7 ਨੰਬਰ ਕੀ, 7 ਨੰਬਰ ਸਾਰੀ। ਜੇ ਆਪਣੇ ਸਟਾਫ ਵਰਕਰ ਮੇ ਵੀ ਟਾਕੀ ਲਗਵਾ ਦੀ, ਕਈ ਵਾਰ ਸਟਾਫ ਵਰਕਰ ਜਹਾਂ ਸੇ ਨਾ ਚੋਕ ਹੋ ਜਾਂਦਾ, ਚੋਕ ਹੋ ਜਾਂਦੇ ਹਾਂ, ਤੋ ਹੱਥ ਨਹੀਂ ਡਲਤਾ ਜਹਾਂ ਸੇ, ਤੋ ਜਹਾਂ ਸੇ ਕੁੰਡੀ ਦੇ ਕੇ ਨਾ ਇਸਕੀ ਚੋਕ ਨਿਕਾਲ ਲੇਤਾ, ਬੀਚ ਮੇ ਬਿੱਤਰ ਮੇ ਫਸਾ ਨਹੀਂ ਜਾਂਦਾ। ਹਾਂ ਹਾਂ, ਨਿਕਲ ਜਾਏਗਾ ਆਰਾਮ ਸੇ, ਜੇ ਹੋ ਗਿਆ। ਆਪਣੀ ਕਰੈਂਕ ਕੀ ਐਡਜਸਟਿੰਗ ਦੇ ਰੱਖੀ ਉੱਪਰ ਨੀਚੇ ਜੀ? ਹਾਂਜੀ ਹਾਂਜੀ, ਆ ਕਰੈਂਕ ਦੀ ਮੈਂ ਤੁਹਾਨੂੰ ਇਧਰੋਂ ਦਿਖਾਉਣਾ, ਇਹ ਕਰੈਂਕ ਆਪਾਂ ਨੇ ਜੇ ਉੱਪਰ ਥੱਲੇ ਕਰਨੀ ਆ, ਤਾਂ ਇਹਦੇ ਐਡਜਸਟੇਬਲ ਹੈਗੀ ਆ, ਹਾਂਜੀ, ਤਾਂ ਇਹ 40 ਐਮ ਐਮ ਉੱਪਰ ਹੋ ਸਕਦੀ ਆ। ਕਈ ਲੋਕ ਕੀ ਕਰਦੇ ਨੇ,
ਕਣਕ ਦਾ ਸਟੋਕ ਨੀਵੇਂ ਹੋ ਜਾਂਦੀ ਆ, ਫਿਰ ਉਹ ਗੁਟਕੇ ਮੰਗਾਉਂਦੇ ਨੇ, ਗੁਟਕੇ ਦਿੰਦੇ ਨੇ, ਉਸ ਕੀ ਜ਼ਰੂਰਤ ਨਹੀਂ ਹੈ। ਅੱਛਾ, ਇਸ ਕੀ ਜੇ ਪਲੇਟ ਕੋ ਘੁਮਾ ਕਰ ਕਣਕ ਬਿਠਾ ਲਓ ਆਪ। ਅੱਛਾ, ਤੋ 40 ਐਮ ਐਮ ਗੁਟਕੇ ਜਿੰਨੀ ਬਟਾਈ ਹਮਨੇ ਉੱਪਰ ਇਸਕੋ ਸੈਟਿੰਗ ਮੇਂ ਦੇ ਦੀ ਇਸਕੀ। ਠੀਕ ਠੀਕ ਜੀ ਠੀਕ। ਬਾਕੀ ਸਰ ਆਪਣੀ ਤਰਫ ਸੇ ਤੋ ਜੈਸੇ ਜੈਸੇ ਫੀਲਡ ਮੇਂ ਨਿਕਲਦਾ ਹੈ ਕਾਮ, ਉਸੇ ਬੜੀਆ ਕਰ ਰਹੇ ਹੈ। ਬਿਲਕੁਲ ਬਿਲਕੁਲ, ਬਾਕੀ ਅੱਗੇ ਪਰਮਾਤਮਾ ਕੀ ਦੁਆ ਹੈ। ਬਿਲਕੁਲ ਸਹੀ ਬਾਤ ਹੈ। ਤੋ ਇੰਜਨ ਇਸ ਮੇਂ ਹਮਨੇ BS4 ਦੇ ਦਿਆ। ਅੱਛਾ, ਅਭੀ ਸਾਰਾ ਇੰਜਨ BS4 ਵੀ ਦੇ ਰਹੇ ਹਮ। ਕਿਤਨੇ ਐਚਪੀ ਮੇਂ ਹੋਤਾ ਜੀ? ਜੇ 133 ਐਚਪੀ ਮੇਂ ਵੀ ਆ ਰਿਹਾ ਹੈ। ਹਾਂ, 101 ਮੇਂ ਵੀ ਆ ਰਿਹਾ ਹੈ। ਐਵਰੇਜ ਕਿਸੀ ਹੈ ਸਰ ਇਸਕੇ? ਐਵਰੇਜ ਸਰ ਉਹ ਡਿਪੈਂਡ ਖੇਤ ਪੇ ਡਿਪੈਂਡ ਹੈ, ਖੱਤੇ ਪੇ ਡਿਪੈਂਡ ਹੈ। ਅੱਛਾ, ਕਿਉਂਕਿ ਮੈਂ ਆਪਕੋ ਬੋਲ ਦੂੰਗਾ ਵੀ 7 ਲੀਟਰ ਹੈ ਪਰ ਆਵਰ, ਮਗਰ ਕੋਈ 7.5 ਵੀ ਹੋ ਜਾਂਦਾ ਹੈ, 8 ਵੀ ਹੋ ਜਾਂਦਾ ਹੈ। ਫਸਲ ਹੋ ਕੋਈ ਫਸਲ ਗਿੱਲੀ ਹੋ, ਗਾੜੀ ਡਰਾਈਵਰ ਕੋ ਆਪਰੇਟਰ ਕੋ ਕੰਮ ਪਤਾ ਚੱਲਦਾ ਹੈ ਵੀ ਗਾੜੀ ਪਿੱਛੇ ਘੁਸ ਰਹੀ ਹੈ ਜਾਂ ਗੁੱਜ ਜਾਂਦੀ ਹੈ ਤਾਂ ਪਤਾ ਲੱਗਦਾ, ਇੰਜਨ ਕਾ ਜੋੜ ਲੱਗ ਰਹਾ ਨਾ, ਉਸ ਨੇ ਤਾਂ ਫਿਊਲ ਖਾਣਾ ਹੀ ਹੈ। ਬਿਲਕੁਲ ਬਿਲਕੁਲ। ਤੋ ਉਸ ਕੇ ਲਈ ਮੈਂ ਆਪਕੋ ਜੇ ਡਿਸਕਸ ਨਹੀਂ ਕਰੂੰਗਾ ਵੀ ਜੇ 7 ਖਾਤਾ ਜਾਂ 8 ਖਾਤਾ ਜਾਂ 7.5 ਖਾਤਾ ਹੈ। ਤੋ ਆਪਣਾ ਜੋ ਨਿਆ ਇੰਜਨ ਹੈ ਇਸ ਕੋ ਲੇਕਰ ਕੇ ਸਾਨੂੰ ਕੋਈ ਪਰੇਸ਼ਾਨੀ ਹੋਈ ਹੈ ਅਭੀ ਤੱਕ? ਕੋਈ ਪਰੇਸ਼ਾਨੀ ਸਰ, ਕਈ ਵਾਰੀ ਪਰੇਸ਼ਾਨ ਕਿਸਾਨ ਵੀਡੀਓ ਬਣਾ ਕੇ ਪਾਉਂਦਾ ਆ ਚੱਕਰ ਤੋੜਦੀ ਆ, ਜੇ ਕਰਦੀ ਆ ਇਹ ਸਾਰੀ ਸਰ ਪਤਾ ਕੀ ਗੱਲ ਆ, ਇਹ ਪਾਈਪਲਾਈਨ ਜਿਹੜੀ ਇਹਦੀ ਲੱਗ ਰਹੀ ਆ, ਇਹ ਪਾਈਪਲਾਈਨ 20 ਐਮ ਐਮ ਦੀ ਚਾਹੀਦੀ ਆਪਾਂ ਨੂੰ। ਅੱਛਾ, ਆਪਾਂ ਜਿਹੜੀਆਂ ਪਾਈਪਾਂ ਲਾ ਰਹੇ ਆ ਓਲਡ। ਅੱਛਾ, ਓਲਡ ਪਾਈਪਾਂ ਦੇ ਲਾਉਣ ਕਰਕੇ ਉਹ ਫਿਊਲ ਇੰਜਨ ਨੂੰ ਘੱਟ ਜਾਂਦਾ। ਹਾਂ, ਫਿਊਲ ਜਦ ਇੰਜਨ ਨੂੰ ਘੱਟ ਜਾਊਗਾ ਤਾਂ ਉਹ ਚੱਕਰ ਤੋੜੂਗਾ, ਜਿੰਨਾ ਫੀਡ ਪੰਪ ਨਾਲ ਆਪਾਂ ਫਿਊਲ ਲੈ ਲਾਣੇ ਆ ਉਹਨਾਂ ਇੰਜਨ ਭਾਰੀ ਹੋ ਜਾਂਦਾ, ਉਹਨਾਂ ਚੱਲ ਪਾਦਾ। ਇਹਦੇ ਨਾਲ ਪਾਈਪ 20 ਐਮ ਐਮ ਦੀ ਲੱਗਦੀ ਆ। ਅੱਛਾ, 20 ਐਮ ਐਮ ਸਿੱਧੀ ਨੋਜ਼ਲ 'ਚ ਪਾਈਪ ਲੱਗਦੀ ਆ ਔਰ ਫਿਊਲ ਪੂਰਾ ਫਿਊਲ ਚਾਹੀਦਾ ਇਹਨੂੰ। ਉਸਕੇ ਲਈ ਉਹ ਚੱਕਰ ਤੋੜ ਜਾਂਦਾ ਹੈ, ਜਦ ਕਿਸਾਨ ਨਾ ਵੀਡੀਓ ਬਣਾ ਦਿੰਦੇ ਆ ਵੀ ਜੇ BS4 ਇੰਜਨ ਫੇਲ ਆਇਆ ਜੇ ਚੱਕਰ ਤੋੜ ਗਿਆ ਵੀ ਉਸੇ ਕੇ ਕਾਰਨ ਹੈ। ਉਸਕੀ ਕਮੀ ਨਹੀਂ ਦੇਖਤੇ ਕਿਸ ਵਜ੍ਹਾ ਸੇ ਤੋੜ ਰਹੀ ਹੈ? ਹਾਂ, ਵੈਸੇ ਉਹ ਵੀਡੀਓ ਡਾਲ ਦਿੱਤੇ ਆ ਖੜੀ ਆ, ਮੈਂ ਨਾਮ ਨਹੀਂ ਲਊਂਗਾ ਕਿਸੇ ਗੱਡੀ ਦਾ ਵੀ, ਉਹ ਹਮਾਰੇ ਬਾਈ ਐਂਡ ਬਾਈ ਹੈ ਸਭੀ, ਮਗਰ ਕਾਰਨ ਜਿਹੀ ਆ ਉਸਕੋ ਫਿਊਲ ਕਮ ਮਿਲਤਾ ਹੈ, ਇੰਜਨ ਵੱਡਾ ਹੋ ਗਿਆ, ਪਾਈਪਲਾਈਨ ਛੋਟੀ ਲਗਾ ਰਹੇ ਆ ਆਪ, ਤੋ ਉਸਮੇ ਜੋ ਫਿਊਲ ਜਾਏਗਾ ਤਭੀ ਕੰਮ ਕਰੇਗਾ ਨਾ ਵੋ, ਚੱਕਰ ਤੋੜਨੇ ਕਾ ਤਾਂ ਜਿਹੀ ਕੰਮ ਹੈ, ਵੋ ਕਹਾਵਤ ਹੋ ਗਈ, ਉਹ ਤੋਂ ਕੋਈ ਰੀਜ਼ਨ ਨਹੀਂ ਹੈ ਉਸਕਾ, ਊਂਟ ਕੇ ਮੂੰਹ ਮੇਂ ਜੀਰਾ, ਵੋ ਬਾਤ ਹੋ ਗਈ, ਚੱਕਰ ਤੋੜਨੇ ਕਾ ਤਾਂ ਜਿਹੀ ਰੀਜ਼ਨ ਹੈ, ਔਰ ਤੋਂ ਕੋਈ ਰੀਜ਼ਨ ਨਹੀਂ ਹੈ ਉਸਕਾ, ਇਹ ਕੰਮ ਹੈ। ਤੋ ਆਪਣੇ ਮੋਟਰ ਦੇਣੇ ਲੱਗੇ? ਹਾਂਜੀ, ਕਟਰ ਵੀ ਹਮ ਮੋਟਰ ਲਗਾ ਦੀ ਔਰ ਜੇ ਹਮਨੇ ਸੇਫਟੀ ਕਵਰ ਵੀ ਲਗਾ ਦਿਆ। ਅੱਛਾ, ਤਾਂ ਕਿ ਆਪਣਾ ਜਾਈ ਬੈਲਟ, ਆਪਣਾ ਬੈਲਟ ਕੇ ਔਰ ਜੇ ਦੋਏ ਕਵਰ ਹੋ ਗਏ ਨਾਲੇ ਇਸਮੇ ਸੇਫਟੀ ਕਵਰ ਹੈ, ਕਿਉਂਕਿ ਆਲੇ ਦੁਆਲੇ ਜੋ ਕੋਈ ਕਿਸਾਨ ਮੁੰਜਰ ਕਾਟਤਾ ਨਾ ਹੋਤਾ ਨਾ ਖੇਤ ਕੇ ਲਈ, ਕੋਈ ਕਪੜਾ ਵੀ ਰੱਖਤੇ ਹੈ ਸਾਥੀ? ਹਾਂ, ਕਈ ਵਾਰੀ ਪਰਨਾ ਪੁਰਨਾ ਹੋਤਾ ਤੋ ਹੋ ਜਾਤਾ ਹੈ ਵੋ। ਬਾਕੀ ਸਰ ਜੇ ਵਾਲਾ ਵੀ ਇਸਕੇ ਪੀਸ ਹਮਨੇ SS ਕਾ ਕਰ ਦਿਆ। ਅੱਛਾ, ਵਿਚ ਵੇ? ਹਾਂਜੀ, ਇਹ ਵੀ SS ਕਾ ਹੈ, ਤੋ ਇਹ ਹੈਵੀ ਡਿਊਟੀ ਪਾਈਪ ਹੈ, ਸਾਰੇ ਪਾਈਪ ਹਮ ਜੋਤੀ ਕਾ ਪਾਈਪ ਲਗਾਤੇ ਹੈ ਸਭੀ। ਅੱਛਾ, 6 mm ਪਾਈਪ ਜੇ ਹੈ, 6 mm ਕਾ ਜੇ ਵਾਲਾ ਪਾਈਪ ਹੈ, ਜੇ ਪਿੱਛੇ ਹਮਨੇ ਲੋਗੋ ਦੇ ਦੀ ਆਪਣਾ। ਤੋ ਆਪਣਾ ਯਹਾਂ ਪਰ ਕਿਸ ਚੀਜ਼ ਕੇ ਲਈ? ਜੇ ਸਰ ਪਹਿਲੇ ਨਾ ਕਿਸਾਨ ਸਟਿਪ ਟਰਾਲੇ ਮੇਂ ਰੱਖਤਾ ਥਾ। ਹਾਂ ਹਾਂ, ਤੋ ਟਰਾਲਾ ਖੜਾ ਹੈ 4-5 ਕਿੱਲੇ ਮੇਂ। ਹਾਂ, ਔਰ ਮਸ਼ੀਨ ਦੂਰ ਚਲੇ ਗਿਆ ਤੋ ਖੇਤ ਮੇਂ ਟੁੱਟੇਗੀ। ਹਾਂ, ਸਹੀ ਬਾਤ ਹੈ, ਤੋ ਉਸਕੋ ਭਾਗਨੇ ਪੜਨਾ ਜਾਂ ਕਿਸੇ ਦਾ ਟਰੈਕਟਰ ਮਗਾਤਾ ਤੋ ਉਹ ਜਾਤਾ ਹੈ ਖੇਤ ਮੇਂ, ਟਰਾਲਾ ਲੈ ਕੇ ਆਤਾ, ਫਿਰ ਟਰਾਲਾ ਲੈ ਕੇ ਆਤਾ ਹੈ, ਟਰਾਲੇ ਸੇ ਸਟਿਪ ਨਿਕਾਲਤਾ, ਤੋ ਹਮਨੇ ਜੇ ਟਾਕੀ ਹਮਨੇ ਸਟਿਪ ਦੇਨੇ ਕੇ ਲਗਾ ਦੀ। ਅੱਛਾ, ਆਪਣੇ ਔਰ ਸਟਿਪ ਜੋ ਕਟਰ ਕੀ ਇਸਕੇ ਬੀਚ ਮੇਂ ਰੱਖੀ ਜਾਂਦੀ ਹੈ। ਬਿਲਕੁਲ, ਜਬ ਜਬ ਗਾੜੀ ਯਹਾਂ ਜਾ ਰਹੀ ਹੈ ਤੋ ਸਟਿਪ ਵੀ ਹੈ ਤੋ ਕਟਰ ਵੀ ਸਾਥ ਮੇਂ ਹੈ, ਟਰਾਲਾ ਜਹੀ ਮਰਜ਼ੀ ਹੋ, ਟਰਾਲੇ ਕੀ ਕੋਈ ਜ਼ਰੂਰਤ ਹੀ ਨਹੀਂ ਹੈ। ਬਿਲਕੁਲ ਬਿਲਕੁਲ, ਤੋ ਜੇ ਸਾਥ ਮੇਂ ਬਲੇਡ ਚਾਹੀਏ ਕੰਬਾਈਨ ਕੋ ਆਪਰੇਟਰ ਕੋ ਤੋ ਬਲੇਡ ਉਸਕੇ ਸਾਥ ਮੇਂ ਹੈ। ਸਾਥ ਮੇਂ ਦੇਤੇ ਹੋ ਜੀ ਆਪਣੇ ਬਲੇਡ? ਹਾਂ, ਇੱਕ ਕਿਸ ਮੇਂ ਬੀਚ ਮੇਂ ਡਾਲਾ ਹੋਇਆ ਹੈ, ਇੱਕ ਕਿਸ ਮੇਂ ਸਪੇਅਰ ਡਾਲਾ ਹੋਇਆ ਹੈ। ਅੱਛਾ, ਦੋ ਬਲੇਡ ਦਿੱਤੇ ਹੈ, ਜੇ ਆਪਣੇ ਲੋਗੋ ਦੇ ਦੀ ਆਪਣਾ। ਹਾਂ ਜੀ, ਹਰਦੇਵ ਕਾ ਹਮਾਰਾ, ਬਾਕੀ ਜੇ ਟਾਈਨ ਬੜੇ ਵਾਲੀ ਹੈ ਉੱਪਰ, ਇਹਦੇ ਪਹਿਲਾਂ ਆਪਾਂ ਕਿੰਨੇ ਐਮਐਮ ਹੈ ਜੀ? ਇਹ 12 ਇੰਚੀ ਟਾਈਨ ਹੈ ਜੀ, 300 ਐਮਐਮ ਕੀ ਟਾਈਨ ਹੈ ਜੀ। ਅੱਛਾ, ਬਾਏ 300 ਤੇ 110 120 ਐਮਐਮ। ਅੱਛਾ,
ये साइज तो वैसे ही पूरा होता है, इसमें कोई शॉर्ट भी आ जाती है, कोई लॉन्ग लगाता है, तो हम लॉन्ग वाली लगाते हैं, लंबे वाली गिरी हुई फसल में। हाँ गिरी हुई भी तो, और रील हमने जो बड्डी वाली करती डाई में, अच्छा जी, इसके कल को तीन पाइप खोल के जो हर हर काटनी है, सरसों काटनी है, तो उसमें उसके तीन पाइप निकाल के तीन पाइप पे आप काम कर सकते हो। बिल्कुल, तो हमने ऊपर जो पहले स्प्रिंग के ऊपर पत्ती नहीं देते थे, तो टाइम टूट जाती थी, तो अब हम पत्ती देने लग गए ऊपर कलाप पे, कोने से जा टूटते हैं ज्यादातर। हाँ, यहाँ से ऐसे हो जाती थी तो टूट जाती थी, मगर अब हमने ऊपर कलाप दे दिया इसके। ठीक है जी। बाकी ये पाइप भी सारे का सारा बाहर निकल जाता है वहाँ से। अच्छा। फोल्ड लगा दिया हमने रील के लिए। अच्छा, ये फोल्डिंग का दे दिया। हाई फोल्डिंग कर दिया। हाँ जी, हाँ जी, हाँ जी। बाकी सारा अपनी कोशिश तो यही रहती है भी कस्टमर नु वधिया तो वधिया चीज प्रोवाइड कराइए। मगर अज कुछ आ कल कुछ आ सीखने को मिलता है। बिल्कुल बिल्कुल, जब हम खेत में जाते हैं तो कुछ ना कुछ सीखने को मिलता है। मिलता है जी, मिलता है। जब खेत में देखते हैं भी यार उस ड्राइवर को या फोरमैन को ये दिक्कत आ रही है, भी इस दिक्कत का हल क्यों ना कर दिया हम। हाँ सही बात है जी। खेत में उसके पास क्या होता है, चाबी पाना होता है। फैक्ट्री में तो सभी कुछ होता है। बिल्कुल होता है जी, उसी के हल करने के लिए सोचते रहते हैं। बिल्कुल बिल्कुल जी। बाकी मैं R&D का भी हेड हूँ। अच्छा। तो फैक्ट्री में R&D मेरी है सारी। अच्छा, डिजाइनिंग जो भी है सारा मैं खुद आप करता हूँ। अच्छा जी। तो मैं इसीलिए अपना दिमाग लगाता रहता हूँ कहाँ पे क्या जरूरत है, अपने किसानों से मिलते। हाँ जी, हाँ जी, हाँ जी। बाकी सर एक इधर हमने जो स्टपनी आ गई जहाँ पे, ये टाकी इधर भी हमने दी हुई है दोनों तरफ। ये अपने एयर टैंक, कोई छोट में दे देता है, नाम नाम के दे देते हैं। हाँ, तो हमने तो बड़ा लगा दिया, तो BS4 को तो बड़ा भी चाहिए वैसे। वैसे प्रेशर अच्छा, कल को टायरों में हवा भी भरी जाती है मशीन की सफाई करने के लिए, जैसे BS4 का है, इसको एयर की हर वक्त जरूरत होती है। बिल्कुल बिल्कुल, तो इसके लिए हमने टेल टैंक बड़ा दे दिया। ठीक है जी। बाकी एक और बताता हूँ सर मैं आपको बात, ये एलिवेटरों की। हाँ हाँ, एलिवेटरों में सबसे बड़े क्या थी, जब सोयाबीन काटते थे या सूरजमुखी काटते थे या गुवारा काटते थे, तो रेलों में उसका जो डस्ट होता है वो बीच में जम जाता था। वो बीच में जम जाता थी, चैन भारी हो जाती थी, चैन टूट जाती थी। हुण टाकी खोल के आपां ये सारा एलिवेटर साफ हो जाता। अच्छा, ये आपां सवेरे आपां करना चाहिए, ये तां आपां सवेरे साफ करके तो दोबारा ला सकते हैं जी जी। ये दोनों एलिवेटरां दी हमने जे प्लेट दे दी। हाँ जी, हाँ जी, फोल्डिंग वाली। बाकी सारी जो गेयर डले हुए हैं ना, अभी तो पेंट हो गया नहीं, आपको बता दो, ये दिख रहा है ये सारी टेम्पर ग्रारी है टोटल। अच्छा, जितने स्क्राउंड भी डलते हैं, जितनी ग्रारी होगी सभी की सभी टेम्पर है। अच्छा, टोटल ऑल ओवर ये एलिवेटर के स्क्राउंड हो गए, ये वाली ग्रारी होगी, केम सेट हो गया ऊपर वाली ग्रारी होगी, ये वाली ग्रारियां होगी, इसके बीच वाले स्क्राउंड हो गए, वो सभी के सभी की टेम्पर है। टेम्पर है लॉन्ग टाइम तक चलते, लॉन्ग टाइम चलने के लिए। ये डैशबोर्ड ब्लोअर हो गया सर, धूल गड्ढे बचाने के लिए। बाकी आरबी रोल ते डिस्ट्रीब्यूटर नो असी पेंट नहीं कराते सर। अच्छा, कालू जे किसी कस्टमर दा खराब भी होंदा ਤਾਂ ਕੰਪਨੀ ਦੇ ਵਿੱਚ ਅਸੀਂ, ਕੰਪਨੀ ਨੇ ਸਾਨੂੰ ਕਿਹਾ ਵੀ ਬਗੈਰ ਰੰਗ ਤੋਂ ਸਾਨੂੰ ਤੁਸੀਂ ਆਪਣਾ ਸਾਡਾ ਪੀਸ ਦਿਓ ਤੇ ਸਾਤੋਂ ਨਵਾਂ ਲੈ ਕੇ ਜਾਓ ਜੀ ਜੀ, ਇਸ ਲਈ ਇਹਨੂੰ ਅਸੀਂ ਪੇਂਟ ਨਹੀਂ ਕਰਾਉਂਦੇ ਹੈਗੇ। ਬਾਕੀ ਸਰ ਹੁਣ ਮਸ਼ੀਨ ਕੰਮ ਸਿੱਖਦੇ ਸੀ ਤੇ ਹਮ ਵੀ ਬੁੱਢੇ ਹੋ ਗਏ, ਕੰਮ ਤੋਂ ਰੁਕਾ ਨਹੀਂ, ਮਗਰ ਹਮਰੀ ਜ਼ਿੰਦਗੀ ਗਸ ਗਈ ਕੰਮ ਕਰਦੇ ਕਰਦੇ। ਔਰ ਇੱਕ ਔਰ ਬਾਤ ਬਤਾ ਦਊਂ ਆਪਕੋ, ਸਟੇਅਰਿੰਗ ਬੋਕਸ ਜੇ ਨਵਾਂ ਲਾਂਚ ਕੀਆ ਹੈ। ਅੱਛਾ, ਹਮਨੇ ਖੁਦ ਹਮਾਰੀ R&D ਇਸ ਕੀ। ਅੱਛਾ ਜੀ, तो इसमें क्या है,
पहले जहाँ पे पाइप देते थे, हाँ पाइप लीक तो नहीं होती थी, कभी कभार जब लीक हो जाती है तो जहाँ से खोलने में उसमें बहुत दिक्कत आती थी, परेशानी आती थी। तो जितना टैंकी में तेल होता था वो प्रेशर पे होता है, तेल सारा निकल जाता था। अभी क्या हमने ये एडजस्टेबल तेल दे दिया, अच्छा। जैसे पहले लगाते थे, मगर ये नया और ये वाला है हमने पुश वाला दे दिया। अच्छा, हाँ, जैसे कि ये यहाँ पे आ गया, कई बार उतर के ताक टोंग में लग जाता है, इसको जो टाइट हो गया यहाँ पे, इसको पुश करो और कहीं पर छोड़ दो अपना, इसे कर दो, ठीक है। अभी ये खुल गया, ऐसे एडजस्ट हो जाएगा, ऐसे एडजस्टमेंट हो, जहाँ करना है यहाँ पे बैठे बैठे जैसे मर्जी चला सकते हो अपनी हाइट के अनुसार। ये लेटेस्ट सारा, जैसे भी अभी आप नया सारा ये छाता छूता सारा, और ये मिरर भी पूरा बड़ा कर दिया जी अभी तो। हाँ, ये शीशा हमने बड़ा लगा दिया, ये कस्टमर की चॉइस थी। अच्छा, वो वाला शीशा जो बनाया बनाया आता था ना, वो टूट जाता था। तो कस्टमर बोलता है एक शीशा टूट गया, एक शीशा लगाने के लिए उसको फिर दुकान में हमने जो शीशा ही बड़ा लगा दिया, दोनों बोल्टों में लगा दिया। अच्छा, इसकी चलो टूटना तो कांच है, टूट तो जब मर्जी आए, सही बात है, मगर अपनी तरफ से बढ़िया लगा दिया। बिल्कुल बिल्कुल। बाकी यहाँ से टैंक सारा बंद है इसका, कितने क्विंटल का? इसमें सर 22 बोरी आ जाती है। अच्छा, 22 क्विंटल एक एकड़ का आराम से ले लेगा, एक एकड़ का। तो इसमें अभी मेरे तो को ऊपर चढ़ने में थोड़ी दिक्कत है घुटने के लिए। हाँ हाँ जी, तो मैं ये टैंक ऊपर उड़े जो जब मर्जी ड्राइवर ने पढ़ना है रात को, हाँ सो भी जाता है तो टैंक बंद है, इसमें पानी नहीं जाएगा, बिल्कुल। BS4 इंजन है सर इसका, इंजन सारा शील्ड है, कोई दिक्कत नहीं है जी जी बाकी अभी तो इंजन सर BS4 ही रख रहे हैं सभी। तो अपने जैसे अशोक लैंड कार आइशर का दो टाइप के आते हैं तो अपने पास सर, आइशर कस्टमर दे डिपेंड है। हाँ जी, इंजन कस्टमर ले लेंड जे भी पासिंग मशीन दी ले लेंड दिया ता इंजन ले लेंड ही दे रहे हैं। अच्छा, गियर को लेदरी दे दिया हमने। अच्छा हाँ, तो इसमें साउंड गियर का साउंड बिल्कुल। ब्रेकिंग सिस्टम कौन से मिलते हैं जी अपने? ब्रेक सर कस्टमर दी चॉइस आ। अच्छा, वो ने डिस्क लेनी है डिस्क ले सकता, ड्रम वाली लेनी है ड्रम वाली ले सकता, एक असी डिस्क एक बड़ी लगा के देते हैं सर। अच्छा, 14 इंच वाली जे कस्टमर दी चॉइस आ तो 14 इंच वाली भी लगा देते हैं जी जी, वह कस्टमर दे डिपेंड आ। ਜਿਹੜੀ ਉਹਨੂੰ ਬ੍ਰੇਕ ਠੀਕ ਲੱਗਦੀ ਉਹ ਬਾਕੀ ਆਪਣੇ ਗੇਅਰ 3+4 ਜਾਂ 4+1 ਲੈਸ ਚਲੇ ਸਕਦੇ ਕੈਸੇ ਸਰ? ਕੈਸੇ ਸਰ 5 ਜਾਂ 4 ਗੇਅਰ ਮੇ ਮਸ਼ੀਨ ਲੈਣੀ ਉਹ ਵੀ ਸਰ ਕਸਟਮਰ ਦੇ ਡਿਪੈਂਡ ਆ। ਅੱਛਾ, ਇੱਕ ਸਵਰਾਜ ਬੋਡੀ ਵੀ ਆਤਾ ਹੈ ਗੇਅਰ, ਇੱਕ 5 ਵਾਲਾ ਆਤਾ ਹੈ, ਇੱਕ 4 ਵਾਲਾ ਆਤਾ ਹੈ। ਹਾਂਜੀ, ਤੋ ਉਹ ਕਸਟਮਰ ਦੇ ਡਿਪੈਂਡ ਆ, 4 ਵਾਲਾ ਲੈਣਾ 5 ਵਾਲਾ ਲੈਣਾ ਸਵਰਾਜ ਬੋਡੀ ਵੀ ਲੈਣਾ ਜੀ ਜੀ। ਤੋ ਉਸਮੇ ਥੋੜਾ ਉਸਮੇ ਅੰਤਰ ਹੈ। ਆਪਣੇ ਸਾਥ ਮੇ ਪਾਰਟ ਕਿਤਨੇ ਕਿਆ ਮਿਲਤੇ ਹੈ ਜੀ ਮਸ਼ੀਨ ਕੇ? ਪਾਰਟ ਸਰ ਲਿਸਟ ਬਣੀ ਹੋਈ ਹੈ ਹਮਾਰੀ ਲਿਸਟ ਕੇ, ਤੋ ਸਭੀ ਤੋਂ ਹਮ ਸ਼ਾਫਟ ਹੈ, ਵੈਸੇ ਲਿਸਟ ਬਣੀ ਹੋਈ ਹੈ, ਹੁਣ ਮੈਂ ਕੇਲੀ ਕੇਲੀ ਚੀਜ਼ ਬਤਾਏ ਤੋ ਬਹੁਤ ਟਾਈਮ ਲੱਗ ਜਾਏਗਾ। ਕਾਫੀ ਲਗਭਗ ਕਿਤਨੇ ਹੁੰਦੇ ਹੈ? ਮੈਕਸਿਮਮ ਹੈਗਾ 200 ਕੇ ਕਰੀਬ ਮੇ ਹੋ ਜਾਤਾ ਹੈ। ਲਗਭਗ ਸਾਥ ਮੇ ਜੋ ਯੂਜ਼ ਹੋਤੇ ਹੈ ਵੋ ਸਭ ਪਾਰਟ, ਜੋ ਜ਼ਰੂਰਤ ਹੈ ਖੇਤ ਕੀ ਜ਼ਰੂਰਤ ਹੈ ਉਸਕੋ ਮੁੱਖ ਰੱਖ ਕੇ ਹਮ ਉਨਕੋ ਕਸਟਮਰ ਕੋ ਸਭੀ ਸਮਾਨ ਦੇਤੇ ਹੈ। ਬਿਲਕੁਲ ਬਿਲਕੁਲ, ਜੋ ਖੇਤ ਮੇ ਜ਼ਰੂਰਤ ਪੜਤੀ ਹੈ, ਦੇਖੋ ਜ਼ਰੂਰਤ ਤੋ ਸਭੀ ਸਮਾਨ ਕੀ ਹੋਤੀ ਹੈ, ਮਗਰ ਜੋ ਸਮਾਨ ਐਸਾ ਹੋਤਾ ਹੈ ਵੀ ਇਸਕੇ ਬਗੈਰ ਮੇ ਨਹੀਂ ਚਲ ਸਕਤੀ, ਤੋ ਸਮਾਨ ਕਸਟਮਰ ਕੋ ਦੇ ਦੇਤੇ ਹੈ ਜੀ ਜੀ। ਬਾਕੀ ਇੱਕ ਹੋਰ ਆ ਸਰ, ਜਿਹੜਾ ਔਰ ਫੈਕਟਰੀ ਦੇ ਵਿੱਚ ਸਮਾਨ ਬਣਦਾ ਜੈਸੇ ਕੋਈ ਵੀ ਬਣਤਾ ਹੈ, ਉਸਕੀ ਹਮਾਰੀ ਫੁੱਲ ਗਰੰਟੀ ਹੈ। ਅੱਛਾ, ਜੇ ਅਗਰ ਕਸਟਮਰ ਕਾ ਸਮਾਨ ਟੂਟ ਵੀ ਜਾਤਾ ਹੈ ਗਾਡੀ ਕੀ ਸੀਜ਼ਨ ਕੇ ਬਾਅਦ, 2 ਸੀਜ਼ਨ ਕੇ ਬਾਅਦ, 4 ਸੀਜ਼ਨ ਕੇ ਬਾਅਦ, ਚਾਹੇ 10 ਸੀਜ਼ਨ ਕੇ ਬਾਅਦ, ਉਹ ਹਮਾਰੇ ਕੇ ਪਾਰਟ ਲੈ ਆਏ, ਹਮ ਉਸਕੋ ਨਿਆ ਪਾਰਟ ਦੇ ਦੇਗੇ ਜੀ ਜੀ। ਹਮਾਰੀ ਕੰਪਨੀ ਵਾਲਾ ਜੋ ਕੰਪਨੀ ਮੇ ਪਾਰਟ ਬਣਤਾ ਹੈ
उसकी हमारी जब तक उसके पास गाड़ी है तब तक की गारंटी है, गारंटी है। बिल्कुल, बिल्कुल जो गाड़ी सामान फैक्ट्री में उपलब्ध है तो अपने प्रोडक्ट किससे ज्यादा तो गारंटी हो ही नहीं सकती इतने साल जो बाहर का उसकी गारंटी जो फैक्ट्री में होता है उसकी गारंटी दे देते हैं। बिल्कुल बिल्कुल। तो अपने लोन की फैसिलिटीज होती है जी अपनी मशीन पे? सर लोन दी बिल्कुल ओके है। लोन जैसे अजकल हुण स्कीम चली हुई है भारत सरकार दी किसानां नूं बहुत वधिया ते हर एक वर्ग वास्ते आहो ਵੀ ਤੁਸੀਂ ਆਪਣਾ ਪੈਨ ਕਾਰਡ ਤੇ ਆਧਾਰ ਕਾਰਡ ਦੇ ਕਿਸੇ ਨੇ ਵੀ ਰੁਜ਼ਗਾਰ ਲੈਣਾ ਤਾਂ ਬਹੁਤ ਵਧੀਆ ਸਰਕਾਰ ਨੇ ਉਪਰਾਲਾ ਕਰਿਆ ਇਹ ਭਾਰਤ ਸਰਕਾਰ ਦੀ ਬਹੁਤ ਵੱਡੀ ਸ਼ਲਾਘਾ ਇਹ ਵੀ ਲੋਕਾਂ ਨੂੰ ਇੱਕ ਤਾਂ ਮੈਨੂਫੈਕਚਰਾਂ ਨੂੰ ਕੰਮ ਮਿਲ ਗਿਆ ਇੱਕ ਜਿਹੜੇ ਲੋਕ ਬੇਰੁਜ਼ਗਾਰ ਫਿਰਦੇ ਸੀ ਉਹਨਾਂ ਨੂੰ ਬਹੁਤ ਵੱਡਾ ਇਹ ਆਪਣਾ ਸਾਧਨ ਲੈਣ ਦਾ ਮਤਲਬ ਕਿ ਮੌਕਾ ਮਿਲਿਆ ਉਹਨਾਂ ਨੂੰ ਨਹੀਂ ਕਿਸੇ ਸਰਕਾਰ ਨੇ ਇਹੋ ਜਿਹਾ ਨਹੀਂ ਮਤਲਬ ਮੈਂ ਸਰਕਾਰ ਬਾਰੇ ਨਹੀਂ ਬੋਲਣਾ ਚਾਹੁੰਦਾ ਵੈਸੇ ਮੈਂ ਤੁਹਾਨੂੰ ਦੱਸ ਰਿਹਾ ਵੀ ਇਹ ਬਹੁਤ ਵੱਡਾ ਉਪਰਾਲਾ ਨਹੀਂ ਕਿਸੇ ਗਰੀਬ ਆਦਮੀ ਦੀ ਸਕੂਟਰ ਲੈਣ ਦੀ ਹਿੰਮਤ ਨਹੀਂ ਇੱਕ ਸਾਥ ਇਕੱਠੇ ਨਹੀਂ ਹੁੰਦੇ ਜਿਤਨੇ ਪੈਸੇ ਕਿਸਾਨ ਦੇ ਪਾਸ ਤੋਂ ਅੱਜ ਉਹ ਕੰਬਾਈਨ ਲੈਣ ਦਾ ਹੱਕਦਾਰ ਹੋ ਗਿਆ ਬਿਲਕੁਲ ਬਿਲਕੁਲ ਤੋਂ ਇਹ ਸਾਰੀ ਸ਼ਲਾਘਾ ਸਰਕਾਰ ਦੀ ਆ 2-4 ਲੱਖ ਰੁਪਏ ਲੈ ਕੇ ਮਸ਼ੀਨ ਲੈ ਜਾ ਸਕਦਾ ਹਾਂਜੀ ਹਾਂਜੀ ਸਰ ਡਾਊਨ ਪੇਮੈਂਟ ਜੈਸੇ 90% ਮੇਂ ਬੈਂਕ ਲੋਨ ਹੋ ਜਾਤਾ ਹੈ 80 ਔਰ 90 ਕੇ ਬੀਚ ਮੇਂ ਜੋ ਉਸਕੀ ਉਪਰਲੀ ਪੇਮੈਂਟ ਹੋਤੀ ਹੈ ਵੋ ਕਸਟਮਰ ਇਤਨੀ ਕੋ ਤੋ ਦੇ ਦੇਤਾ ਹੈ ਬਾਕੀ ਸਰ 20-25 ਲੱਖ ਦਾ ਲੋਨ ਹੋ ਰਿਹਾ ਜਿਸਕਾ ਜਿਸ ਕੋ ਇਤਨੀ ਬੜੀ ਗਾੜੀ ਮਿਲ ਰਹੀ ਹੈ ਵੋ ਤੋ ਗਾੜੀ ਲੇਕਰ ਜਾ ਰਿਹਾ ਤੋ ਉਸਕੋ ਚਾਰ ਕੋ ਔਰ ਸਾਥ ਮੇਂ ਲੇਕਰ ਜਾਏਗਾ ਔਰ ਜੋ ਲੋਕ ਵਿਹਲੇ ਫਿਰ ਰਹੇ ਨੇ ਉਹਨਾਂ ਨੂੰ ਰੁਜ਼ਗਾਰ ਮਿਲ ਗਿਆ ਬਿਲਕੁਲ ਬਿਲਕੁਲ ਮੈਂ ਹੋਰ ਦੱਸਣਾ ਆਪਣੀ ਅਸੀਂ ਇੱਕ 36 ਵੀ ਬਣਾ ਰਹੇ ਹਾਂ ਮਸ਼ੀਨ ਅੱਛਾ ਉਹ ਅਭੀ ਪੇਂਟ ਹੋਣ ਤੇ ਲੱਗਣੀਆਂ ਨੇ ਗੱਡੀਆਂ ਉਹ 36-31 ਤੇ ਇੱਕ 46-41 ਅੱਛਾ ਇਹ 4-5 ਮਾਡਲ ਬਣਾਉਣੇ ਆਪਾਂ ਨਹੀਂ ਮੈਂ ਤੁਹਾਨੂੰ 36 ਦੀ ਰਿਵਿਊ ਕਰਾਉਣੀ ਸੀਗੀ ਉਹ ਤੁਹਾਨੂੰ ਮੈਂ ਨੈਕਸਟ ਵੀਕ ਕਰਾਉਂਗਾ ਠੀਕ ਹੈ ਜੀ ਉਹ ਗਾੜੀ ਦੋ ਗਾੜੀਆਂ ਪੇਂਟ ਤੇ ਲੱਗੀਆਂ ਹੋਈਆਂ ਨੇ ਅੱਛਾ ਉਹ ਅੱਜ ਪੇਂਟ ਕੱਲ ਨੂੰ ਹੋ ਜਾਊਗਾ ਉਹ ਮੈਂ ਤੁਹਾਨੂੰ ਅਗਲੇ ਹਫਤੇ ਉਹਨਾਂ ਦਾ ਰਿਵਿਊ ਕਰਾਉਂਗਾ ਉਹ ਵੀ ਮੈਂ ਲੇਟੈਸਟ ਮਾਡਲ ਬਣਾਏ ਨੇ ਬਹੁਤ ਵਧੀਆ ਆਰ&ਡੀ ਦੇ ਵਿੱਚ ਅੱਛਾ ਬਹੁਤ ਵਧੀਆ ਟੈਕਨੋਲੋਜੀ ਨਾਲ ਬਣਾਏ ਨੇ ਜੀ ਜੀ ਤਾਂ ਆਪਣੇ ਹਰ ਇੱਕ ਪ੍ਰਕਾਰ ਕੇ ਮਸ਼ੀਨ ਮਿਲ ਜਾਏ ਛੋਟੇ ਕਿਸਾਨਾਂ ਕੇ ਲਈ ਛੋਟੇ ਬੜੇ ਕੇ ਲਈ 31 ਤੋਂ ਲੈ ਕੇ 51 ਤੱਕ ਫੁੱਲ ਸਾਈਜ਼ ਤੱਕ 4-5 ਮਾਡਲ ਆਪਣੇ ਕੋਲ ਅਵੇਲੇਬਲ ਨੇ ਜੀ ਜੀ ਜਿਹੜਾ ਵੀ ਕਿਸਾਨ ਹੋ ਜਿਹੜਾ ਵੀ ਮਾਡਲ ਚਾਹੀਦਾ ਤਾਂ ਉਹ ਤਿਆਰ ਆ ਜੀ ਜੀ ਬਾਕੀ ਮੈਂ ਤੁਹਾਨੂੰ ਅਗਲੇ ਹਫਤੇ 36 ਦੀ ਰਿਵਿਊ ਕਰਾ ਦੂੰਗਾ ਜੀ ਜੀ ਤੇ ਉਹ ਪੇਂਟ ਤੇ ਲੱਗੀਆਂ ਨੇ ਦੋ ਗੱਡੀਆਂ ਜਾਣੀਆਂ ਨੇ ਮਹਾਰਾਸ਼ਟਰ ਹਾਂ ਹਾਂ ਤੋਂ ਮੈਂ ਉਹ ਕੀ ਆਪਕੋ ਕਰਾ ਦੂੰਗਾ ਬਿਲਕੁਲ ਬਿਲਕੁਲ ਹਾਂਜੀ ਹਾਂਜੀ ਸਰ ਤੋਂ ਥੈਂਕ ਯੂ ਜੀ ਇਤਨੀ ਅੱਛੀ ਜਾਣਕਾਰੀ ਦੀ ਠੀਕ ਹੈ ਸਰ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੇ ਕਿਸਾਨ ਮੇਰੀ ਇਹ ਮਤਲਬ ਕਿ ਰਿਵਿਊ ਦੇਖਣਗੇ ਮੈਂ ਉਹ ਸਾਰੇ ਕਿਸਾਨਾਂ ਦਾ ਆਪਣੇ ਫਰਮ ਵੱਲੋਂ ਮੈਂ ਆਪਣੇ ਵੱਲੋਂ ਤਹਿ ਦਿਲੋਂ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।